ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਦੇਵ ਗੰਧਾਰੀ ਮਹੱਲਾ 5 ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੀਤੈ ਐਸੀ ਹਰ ਜੀਉ ਪਾਏ ਨਾ ਜਾਈ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਈ ਮਿੱਤ ਐਸੀ ਹਰ ਜੀਉ ਪਾਏ ਛੋੜ ਨਾ ਜਾਈ ਸਦ ਹੀ ਸੰਗੇ आनंदिन गुर मिल गाई रहा मिलयो मनोहर सर्व सुखै मिलयो मनोहर सर्व सुखै ना त्यागाण कत हु जाई ਨਾਨਕ ਅਨਕ ਭਾਤ ਬਹੁ ਪੇਖੀ ਪ੍ਰਿਆ ਰੋਮਨਾ ਸੰਸਰ ਲਾਈ ਮੰਦਰ ਭਾਗ ਸੋਭ ਦਵਾਰਾ ਅਨਹਤ ਰੋਣ ਝੁਣ ਲਾਈ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਗ੍ਰਹਿ ਪ੍ਰਿਆਥੀ ਤੇ ਸਦ ਥਾਏ ਮੰਦਰ ਭਾਗ ਸੋਬ ਦੁਆਰਾ ਅਨਹਤ ਰਉਣ ਝੁਣ ਲਾਈ ਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਯਾਥੀਤਿ ਸਾਧ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨ ਜਾਏ ਸਦ ਹੀ ਸੰਗੇ ਆਨੰਦਨ ਗੁਰ ਮਿਲ ਗਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਅੱਜ ਦਾ ਫਰਮਾਨ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਰਾਗ ਦੇਵਗੰਦਾਰੀ ਮਹੱਲਾ 5 ਘਰਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਪਾਈ ਮੈਂ ਅਜੇ ਹੀ ਮਿੱਤਰ ਪ੍ਰਭੂ ਜੀ ਲੱਭ ਲਏ ਹਨ ਜੋ ਮੈਨੂੰ ਛੱਡ ਕੇ ਨਹੀਂ ਜਾਂਦੇ ਸਦਾ ਮੇਰੇ ਨਾਲ ਰਹਿੰਦੇ ਹਨ ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਉਂਦਾ ਰਹਿੰਦਾ ਹਾਂ ਰਹਾਉ ਕੇ ਪਾਈ ਮੇਰੇ ਮਨ ਨੂੰ ਮੋਹ ਲੈਣ ਵਾਲਾ ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ ਮੈਨੂੰ ਛੱਡ ਕੇ ਉਹ ਹੋਰ ਕਿਤੇ ਵੀ ਨਹੀਂ ਜਾਂਦਾ ਸੁੱਖਾਂ ਦੇ ਇਕਰਾਰ ਕਰਨ ਵਾਲੇ ਹੋਰ ਬਥੇਰੇ ਅਨੇਕਾਂ ਕਿਸਮਾਂ ਦੇ ਵਿਅਕਤੀ ਵੇਖ ਲਏ ਹਨ ਪਰ ਕੋਈ ਵੀ ਪਿਆਰੇ ਪ੍ਰਭੂ ਦੇ ਇੱਕ ਵਾਲ ਦੀ ਵੀ ਬਰਾਬਰੀ ਨਹੀਂ ਕਰ ਸਕਦਾ हे ਨਾਨਕ ਜੀ ਜਿਸ ਜੀਵ ਦੇ ਹਿਰਦੇ ਘਰ ਵਿੱਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ ਉਹ ਸਦਾ ਆਤਮਿਕ ਆਨੰਦ ਮਾਨਦਾ ਹੈ ਉਸ ਦੇ ਹਿਰਦੇ ਘਰ ਵਿੱਚ ਭਾਗ ਜਾਗ ਪੈਂਦਾ ਹੈ ਉਸਦੇ ਹਿਲਦੇ ਵਿੱਚ ਇੱਕ ਰਸ ਧੀਮਾ ਧੀਮਾ ਖੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ ਉਸ ਨੂੰ ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ